ਇੱਕ ਐਸਾ ਸਮਾਂ ਵੀ ਆਇਆ ਜਦੋਂ ਹਰਿਮੰਦਰ ਸਾਹਿਬ ਨੂੰ ਅਬਦਾਲੀ ਨੇ ਘੇਰੇ ਪਾਉਣੇ, ਹਮਲੇ ਕਰਨੇ, ਤਾਂ ਗੁਰਸਿੱਖਾਂ ਨੇ ਜਦੋਂ ਵੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ, ਅਕਾਲ ਤਖ਼ਤ ਸਾਹਿਬ ਜੀ ਦੀ ਬੇਅਦਬੀ ਕਰਨੀ, ਫਿਰ ਖਾਲਸੇ ਨੇ ਜੰਗਲਾਂ ਵਿੱਚੋਂ ਆ ਕੇ ਇਹਨਾਂ ਅਸਥਾਨਾਂ ਦੀ ਦੁਬਾਰਾ ਸੇਵਾ ਕਰਾਉਣੀ ਅਤੇ ਸੰਭਾਲ ਕਰਨੀ। ਇੱਕ ਵਾਰੀ ਮੁਗਲੀਆ ਹਕੂਮਤ ਦੇ ਸਮੇਂ ਵਿੱਚ ਹਰਿਮੰਦਰ ਸਾਹਿਬ ਜੀ ਦੇ ਅੰਦਰ ਜੋ ਪਾਵਨ ਅਖੰਡ ਜੋਤ ਜਗਦੀ ਸੀ, ਉਸ ਨੂੰ ਵੀ ਸਮਾਪਤ ਕਰਨ ਵਾਸਤੇ ਤਹੱਈਆ ਕੀਤਾ ਕਿ ਕਿਸੇ ਵੀ ਗੁਰਸਿੱਖ ਮਾਈ ਭਾਈ ਨੂੰ ਅੰਦਰ ਦਰਸ਼ਨ ਕਰਨ ਦੇਣ ਤੋਂ ਪਹਿਰੇ ਲਾ ਦਿੱਤੇ ਕਿ ਕੋਈ ਵੀ ਸਿੱਖ ਹਰਿਮੰਦਰ ਸਾਹਿਬ ਦਰਸ਼ਨ ਨਹੀਂ ਕਰਨ ਆ ਸਕਦਾ, ਔਰ ਜਿਹੜਾ ਕੋਈ ਕਿਸੇ ਰੂਪ ਵਿੱਚ ਗੁਪਤ ਢੰਗ ਨਾਲ ਦਰਸ਼ਨ ਕਰਨ ਆਉਂਦਾ, ਮੁਗਲਾਂ ਨੂੰ, ਪਹਿਰੇਦਾਰਾਂ ਨੂੰ ਪਤਾ ਲੱਗਣ ਤੋਂ ਗ੍ਰਿਫਤਾਰ ਕਰਕੇ ਉਹ ਸਿੰਘ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਂਦਾ। ਔਰ ਹਰਿਮੰਦਰ ਸਾਹਿਬ ਜੀ ਦੀ ਅਖੰਡ ਜੋਤ ਨੂੰ ਜਗਦੀ ਰੱਖਣ ਵਾਸਤੇ ਉਸ ਸਮੇਂ ਉਦਾਸੀਨ ਭੇਖ ਦੇ ਸੰਪਰਦਾਇ ਦੇ ਸਾਧੂ, ਜਿਨ੍ਹਾਂ ਨੇ ਲੰਮਾ ਸਮਾਂ ਇਸ ਅਸਥਾਨ ਦੀ ਸੇਵਾ ਬੜੀ ਸ਼ਰਧਾ ਔਰ ਸਤਿਕਾਰ ਨਾਲ ਨਿਭਾਈ, ਉਹਨਾਂ ਸਾਧੂਆਂ ਨੇ, ਉਹਨਾਂ ਗੁਰਸਿੱਖਾਂ ਨੇ ਲਗਭਗ ਹਰ ਰੋਜ਼ ਅਖੰਡ ਜੋਤ ਨੂੰ ਅਤੇ ਮਰਯਾਦਾ ਨੂੰ ਜਾਰੀ ਰੱਖਣ ਵਾਸਤੇ ਇੱਕ ਇੱਕ ਸਿੱਖ ਨੇ ਆਉਣਾ, ਉਹ ਸੇਵਾ ਕਰਨੀ, ਜਦੋਂ ਵਾਪਸ ਚਲੇ ਜਾਣਾ ਫਿਰ ਉਹਨੂੰ ਪਕੜ ਕੇ ਸ਼ਹੀਦ ਕਰ ਦੇਣਾ। ਇਉਂ 17 ਉਦਾਸੀਨ ਸੰਪਰਦਾਇ ਦੇ ਉਹਨਾਂ ਮਹਾਂਪੁਰਖਾਂ ਦੀਆਂ ਇੱਥੇ ਸ਼ਹਾਦਤਾਂ ਵੀ ਹੋਈਆਂ, ਪਰ ਉਹ ਹਰਿਮੰਦਰ ਸਾਹਿਬ ਜੀ ਦੀ ਮਰਯਾਦਾ ਔਰ ਅਖੰਡ ਜੋਤ ਉਸ ਨੂੰ ਸਦਾ ਜਾਰੀ ਰੱਖਿਆ। ਭਾਵ ਬਹੁਤ ਵੱਡੀਆਂ ਅਣਥੱਕ ਘਾਲਣਾ ਘਾਲੀਆਂ ਗੁਰਸਿੱਖਾਂ ਨੇ, ਔਰ ਕੁਰਬਾਨੀ ਵਾਲੇ ਮਹਾਨ ਯੋਧੇ ਸੂਰਬੀਰ ਖਾਲਸਾ ਪੰਥ ਦੇ ਉਹਨਾਂ ਯੋਧਿਆਂ ਨੇ